ਮੈਂ ਇਸ ਵਕਤ ਮੌਜੂਦ ਹਾਂ ਮਾਘੀ ਦੇ ਮੇਲੇ ਵਿੱਚ, ਜਿੱਥੇ ਕਿ ਇੱਥੇ ਪਸ਼ੂ ਮੰਡੀ ਲੱਗੀ ਹੋਈ। ਪਸ਼ੂ ਮੰਡੀ ਵਿੱਚ ਸਾਡੇ ਨਾਲ ਇੱਕ ਦੋਸਤ ਮਿਲਿਆ ਹੈ ਜਿਹੜਾ ਇਸ ਮੌਕੇ 'ਤੇ ਪਸ਼ੂਆਂ ਦੀ ਵੀ ਗੱਲ ਕਰੇਗਾ, ਨਾਲ ਦੀ ਨਾਲ ਘੋੜੇ ਘੋੜੀਆਂ ਜਿਹੜੇ ਇੱਥੇ ਵਿਕਣ ਵਾਸਤੇ ਆਏ ਉਹਨਾਂ ਦੀ ਗੱਲ ਕਰਨ ਦੇ ਨਾਲ ਨਾਲ ਇਸ ਮਾਘੀ ਦੀ ਵੀ ਸਾਨੂੰ ਵਧਾਈ ਦੇਊਗੇ, ਮਾਘੀ ਮੇਲੇ ਬਾਰੇ ਵੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਦਰਸ਼ਕ ਵੀਰਾਂ ਨੂੰ ਅਤੇ ਸਮੂਹ ਸਿੱਖ ਸੰਗਤਾਂ ਨੂੰ ਮਾਘੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ। ਪਿੰਡ ਮੇਰਾ ਵਾਂਦਰ ਡੋਡ, ਜ਼ਿਲ੍ਹਾ ਮੋਗਾ ਜੀ, ਨਾਮ ਹਰਦੀਪ ਆ ਜੀ। ਦੋ ਕੁ ਲੈਣਾ ਮੈਂ ਮਾਘੀ ਦੇ ਮੇਲੇ ਲਈ ਵਿਸਤਾਰ 'ਚ ਲਿਖੀਆਂ, ਧਿਆਨ ਨਾਲ ਸੁਣਿਓ ਯਾਰ। ਸਿਰ ਮੇਰੇ 'ਤੇ ਟੋਪੀ ਯਾਰੋ ਮੋਢੇ ਖੱਦਰ ਦੀ ਖੇਸੀ, ਮੈਂ ਨਾ ਕੋਈ ਮਾਡਰਨ ਮੈਂ ਪੇਂਡੂ ਜੱਟ ਹਾਂ ਦੇਸੀ। ਪੁੱਠੇ ਦੇਖ ਲਓ ਕੰਮ ਯਾਰਾਂ ਦੇ, ਚੱਪਲਾਂ ਨਾਲ ਜਰਾਬਾਂ ਪਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਕੋਈ ਆਇਆ ਇੱਥੇ ਘੋੜੇ ਘੋੜੀਆਂ ਖਰੀਦਣ, ਕੋਈ ਆਇਆ ਵੇਚਣ, ਕੋਈ ਆਇਆ ਇੱਥੇ ਘੋੜੇ ਘੋੜੀਆਂ ਖਰੀਦਣ, ਕੋਈ ਆਇਆ ਵੇਚਣ। ਸਮੂਹ ਸਿੱਖ ਸੰਗਤਾਂ ਪਹੁੰਚੀਆਂ ਹੈ ਗੁਰੂ ਘਰੇ ਸ਼ਰਧਾ ਦੇ ਨਾਲ ਮੱਥਾ ਟੇਕਣ। ਸਾਰੀਆਂ ਹੀ ਸਿੱਖ ਸੰਗਤਾਂ ਨੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਰੌਣਕਾਂ ਲਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਘੋੜਾ ਮੰਡੀ ਵਿੱਚ ਉੱਤਰ ਪ੍ਰਦੇਸ਼, ਘੋੜਾ ਮੰਡੀ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਜੰਮੂ ਅਤੇ ਪੰਜਾਬ ਦੇ ਪਹੁੰਚ ਗਏ ਸਭ ਵਪਾਰੀ। ਨੁਕਰੇ ਅਤੇ ਮਾਰਵਾੜੀ ਘੋੜਿਆਂ ਦੀ ਲੱਗ ਗਈ ਰੌਣਕ ਭਾਰੀ। ਓਏ ਘੋੜਾ ਮੰਡੀ ਵਿੱਚ ਉੱਤਰ ਪ੍ਰਦੇਸ਼, ਗੁਜਰਾਤ, ਜੰਮੂ ਅਤੇ ਪੰਜਾਬ ਦੇ ਪਹੁੰਚ ਗਏ ਸਭ ਵਪਾਰੀ। ਨੁਕਰੇ ਅਤੇ ਮਾਰਵਾੜੀ ਘੋੜਿਆਂ ਦੀ ਲੱਗ ਗਈ ਰੌਣਕ ਭਾਰੀ। ਦੁਕਾਨਦਾਰਾਂ ਨੇ ਘੋੜਿਆਂ ਦੇ ਸਮਾਨ ਲਈ ਦੁਕਾਨਾਂ ਹੈ ਖੂਬ ਸਜਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਦੂਰ ਦੂਰ ਤੋਂ ਮੇਲਾ ਦੇਖਣ ਆਈਆਂ ਸੰਗਤਾਂ, ਲੰਗਰ ਛਕਦੀਆਂ ਵਿੱਚ ਬੈਠ ਕੇ ਪੰਗਤਾਂ। ਹਰਦੀਪ ਵਾਂਦਰਾਂ ਵਾਲਾ ਲਿਖਦਾ ਸਦਾ ਸੱਚਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਉਹ ਮਾਘੀ ਦੇ ਮੇਲੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ।